6 जून 1984 ਜਦੋਂ ਹਰ ਸਿੱਖ ਦੇ ਯਾਦ ਆਉਂਦੀ ਆ ਤਾਂ ਹਿਰਦੇ ਦੇ ਵਿੱਚੋਂ ਇੱਕ ਚੀਸ ਉੱਠਦੀ ਹੈ ਤੇ ਉਹ ਚੀਸ ਹੁੰਦੀ ਹੈ ਜੋ 6 ਜੂਨ 1984 ਨੂੰ ਸ਼੍ਰੀ ਦਰਬਾਰ ਸਾਹਿਬ ਵਿਖੇ ਵਾਪਰਿਆ ਸੀ ਜਦੋਂ ਭਾਰਤੀ ਹਕੂਮਤ ਦੇ ਵੱਲੋਂ ਸਿੱਖ ਕੌਮ 'ਤੇ ਕਾਰਵਾਈ ਕਰਦਿਆਂ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲ ਟੈਂਕਾਂ ਤੋਪਾਂ ਬੀੜੀਆਂ ਗਈਆਂ ਸੀ ਅਤੇ ਉਸ ਅਜ਼ਮਤ ਨੂੰ ਨਾ ਸਹਾਰਦਿਆਂ ਸਿੱਖ ਕੌਮ ਸੀ ਜਿਹੜੀ ਸਿੱਖ ਨੌਜਵਾਨ ਸੀ ਜਿਹੜੇ ਉਹ ਜੁਝਾਰੂ ਰੂਪ ਧਾਰਨ ਕਰਦੇ ਨੇ ਹਥਿਆਰ ਚੁੱਕਦੇ ਨੇ ਅਤੇ ਇਸੇ ਹਥਿਆਰਬੰਦ ਲਹਿਰ ਦਾ ਹੀ ਇੱਕ ਨਤੀਜਾ ਸੀ ਕਿ 31 ਅਕਤੂਬਰ 1984 ਨੂੰ ਭਾਈ ਬੇਅੰਤ ਸਿੰਘ ਭਾਈ ਸਤਵੰਤ ਸਿੰਘ ਅਤੇ ਭਾਈ ਕੇਰ ਸਿੰਘ ਦੇ ਵੱਲੋਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਸੌਦਾ ਲਾਇਆ ਜਾਂਦਾ ਹੈ। ਅੱਜ ਉਹਨਾਂ ਮਹਾਨ ਸੂਰਵੀਰ ਯੋਧਿਆਂ ਨੂੰ ਸਮਰਪਿਤ ਗੁਰਦੁਆਰਾ ਝੰਡਾ ਬੁੱਗਾ ਵਿਖੇ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਹੋ ਰਹੇ ਨੇ। ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾ ਰਹੇ ਨੇ। ਆਓ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ। ਤੇ ਖੜ ਕੇ ਤਖਤ ਮੱਲਣ ਦਾ ਵੱਲ ਸਿਖਾਉਣ ਵਾਲੇ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਵੱਲੋਂ ਆਰੰਭੇ ਸੰਘਰਸ਼ ਦੇ ਵਿੱਚ ਸ਼ਹਾਦਤ ਦਾ ਜਾਮ ਪੀਣ ਵਾਲੇ ਫਕਰੇ ਕੌਮ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ ਅੱਜ ਜੋ 31 ਅਕਤੂਬਰ ਦਾ ਦਿਨ ਜੋ ਦੇਸ਼ ਦੀ ਪ੍ਰਧਾਨ ਮੰਤਰੀ ਜਿਸ ਨੇ ਸਿੱਖਾਂ ਦੇ ਸਭ ਤੋਂ ਹਰਿਮੰਦਰ 'ਤੇ ਹਮਲਾ ਕੀਤਾ, ਹਮਲਾ ਕਰਨ ਨੂੰ ਜਦੋਂ ਉਸਨੇ ਹਮਲਾ ਕੀਤਾ ਉਸ ਹਮਲੇ ਨੂੰ ਨਾ ਸਹਾਰਦੇ ਹੋਏ ਤਿੰਨਾਂ ਸਿੰਘਾਂ ਨੇ, ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ, ਸ਼ਹੀਦ ਭਾਈ ਕੇਰ ਸਿੰਘ, ਜਿਨ੍ਹਾਂ ਨੇ 31 ਅਕਤੂਬਰ ਨੂੰ 9:30 'ਤੇ ਸਿੱਖ ਕੌਮ ਦੀ ਜੋ ਰੋਹ ਰੀਤੀ ਹੈ, ਸਿੱਖ ਪੰਥ ਦੀ ਜੋ ਵੀ ਸ਼੍ਰੀ ਚੜ੍ਹ ਕੇ ਆਇਆ ਉਸ ਨੂੰ ਸਿੰਘ ਉਸ ਦੀ ਦਿੱਤੀ ਸਜ਼ਾ ਵਾਪਸ ਕਰਦੇ ਨੇ। ਸੋ ਸਮੁੱਚੇ ਸਿੱਖ ਜਗਤ ਦਾ ਅੱਜ ਦੇ ਦਿਨ ਆਪਾਂ ਧੰਨਵਾਦ ਕਰ। ਜਦੋਂ ਵੀ ਕਿਸੇ ਨੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅਕਾਲ ਤਖਤ 'ਤੇ ਹਮਲਾ ਕੀਤਾ, ਸਿੰਘਾਂ ਨੇ ਹਮੇਸ਼ਾ ਹੀ ਉਹਦਾ ਬਦਲਾ ਲਿਆ, ਚਾਹੇ ਉਹ ਅਬਦਾਲੀ ਸੀ, ਚਾਹੇ ਉਹ ਮੱਸਾ ਰੰਗੜ ਸੀ ਅਤੇ ਚਾਹੇ ਉਹ ਇੰਦਰਾ ਗਾਂਧੀ, ਕਿਉਂਕਿ ਸਿੱਖ ਜਿਹੜੇ ਉਹ ਕਿਸੇ 'ਤੇ ਹਮਲਾ ਨਹੀਂ ਕਰਦੇ, ਨਾ ਕਿਸੇ ਧਰਮ ਦੇ ਕਰਦੇ, ਨਾ ਕਿਸੇ ਧਰਮ ਅਸਥਾਨ 'ਤੇ ਕਰਦੇ ਆ, ਪਰ ਸਿੱਖ ਇਹ ਵੀ ਬਰਦਾਸ਼ਤ ਨਹੀਂ ਕਰਦੇ ਕਿ ਕੋਈ ਸਾਡੇ ਧਰਮ ਅਸਥਾਨ 'ਤੇ ਕੋਈ ਹਮਲਾ ਕਰੇ। ਅਤੇ ਜਿਹੜੇ ਖਾਸ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਉਹ ਸਾਡੇ ਅਕਾਲ ਤਖਤ ਹੈ ਜਿੱਥੋਂ ਹਰ ਇੱਕ ਸਿੱਖ ਸੇਧ ਲੈਂਦਾ। ਤਾਂ 1984 ਵਿੱਚ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਗਿਆ, ਮੈਂ ਸਮਝਦਾ ਕਿ ਉਹਦਾ ਬਦਲਾ ਲੈਣਾ ਚਾਹੀਦਾ ਸੀ ਸਿੱਖ ਕੌਮ ਨੂੰ, ਅਤੇ ਜੇ ਉਹਦਾ ਬਦਲਾ ਲਿਆ ਤਾਂ ਸਿੱਖ ਕੌਮ ਦੀ ਜਿਹੜੀ ਪੱਗ ਉਹ ਸਾਡੇ ਸਿਰ 'ਤੇ ਆ ਗਈ ਆ। ਜਿਸ ਤਰ੍ਹਾਂ ਉਹ ਸਮਾਂ ਸੀ, ਕਿਉਂਕਿ ਜਦੋਂ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਹਰ ਇੱਕ ਹੀ ਸਿੱਖ ਜਿਹੜਾ ਉਹ ਬਹੁਤ ਹੀ ਭੈ ਭੀਤ ਸੀ ਅਤੇ ਸੋਗ ਵਿੱਚ ਸੀ, ਪਰ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਨੇ ਅਤੇ ਭਾਈ ਕੇਰ ਸਿੰਘ ਦੀ ਨੇ ਇੱਕ ਮੱਤ ਹੋ ਕੇ ਸਲਾਹ ਮਸ਼ਵਰਾ ਕਰਕੇ ਜਿਹੜੇ ਅੱਜ ਦੇ ਦਿਨ ਇੰਦਰਾ ਗਾਂਧੀ ਨੇ ਸੋਧਿਆ ਉਸ ਦਾ ਅੱਜ ਅਸੀਂ ਸ਼ਹੀਦੀ ਦਿਹਾੜਾ ਜਿਹੜਾ ਭਾਈ ਬੇਅੰਤ ਸਿੰਘ ਦਾ ਮਨਾਇਆ ਅਤੇ ਸਿੱਖ ਕੌਮ ਨੇ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ। ਸਮੂਹ ਸੰਗਤ ਅੱਜ ਇੱਥੇ ਇੱਕ ਨਤਮਸਤਕ ਹੋਈ ਆ, ਸਿੰਘਾਂ ਸ਼ਹੀਦਾਂ ਦਾ ਦਿਨ ਮਨਾਇਆ ਗਿਆ। ਗੁਰੂ ਮਹਾਰਾਜ ਕੌਮ ਦੇ ਵਿੱਚ ਕੌਮ 'ਚ ਏਕਤਾ ਇਤਫਾਕ ਬਖਸ਼ਣ, ਤਾਂ ਕਿ ਸਿੱਖ ਸੰਗਤ ਜਿਹੜੀ ਆ ਉਹ ਕੋਈ ਵੀ ਪ੍ਰੋਗਰਾਮ ਲੀਕਦੀ ਆ ਉਹ 'ਚ ਇੱਕ ਮੱਤ ਹੋ ਕੇ ਹਿੱਸਾ ਲੈਣ। ਗੁਰੂ ਮਹਾਰਾਜ ਸਾਰੀ ਕੌਮ ਨੂੰ ਚੜ੍ਹਦੀ ਕਲਾ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਇੱਕ ਹੁੰਦਾ ਗਮ ਕਰਨਾ, ਇੱਕ ਹੁੰਦਾ ਫਖਰ ਕਰਨਾ। ਉਹਨਾਂ ਦੀ ਸ਼ਹਾਦਤ ਦੀ ਜਿਹੜੀ ਆ ਵਧਾਈ ਦਿੰਦਾ। ਇਹ ਬੜਾ ਕੌਮ ਦਾ ਇਤਿਹਾਸ ਹੈ ਜਿਹੜਾ ਨਵੇਂ ਸਿਰੇ ਨੂੰ ਸਿਰਜਿਆ ਸੀ, ਕਿਉਂਕਿ ਕੌਮ ਨੇ ਹਮੇਸ਼ਾ ਹੋਏ ਜ਼ੁਲਮਾਂ ਦਾ ਹਿਸਾਬ ਲਿਆ, ਉਹਦੇ ਲਈ ਸ਼ਹੀਦੀਆਂ ਪ੍ਰਾਪਤ ਕੀਤੀਆਂ, ਘਰਾਂ ਦੇ ਵੀ ਨੁਕਸਾਨ ਹੋਇਆ, ਉਜਾੜਾ ਹੋਇਆ। ਈਵਨ ਬੀਬੀ ਬਿਮਲ ਕੌਰ ਖਾਲਸਾ, ਭਾਈ ਬੇਅੰਤ ਸਿੰਘ ਹੋਣਾਂ ਦੇ ਜਿਹੜੇ ਘਰੋਂ ਸਨ, ਉਹਨਾਂ ਦਾ ਵੀ ਹਕੂਮਤ ਦੀ ਜਬਰ ਤਸ਼ੱਦਦ
ਅਤੇ ਦਬਾਅ ਥੱਲੇ ਉਹਨਾਂ ਦੀ ਸ਼ਹਾਦਤ ਵੀ ਹੋਈ। ਉਹਨਾਂ ਨੂੰ ਨਮਸਕਾਰ ਕਰਦਾ ਹੋਇਆ ਭਾਈ ਸਤਵੰਤ ਸਿੰਘ ਹੁਣੀ ਜਿਹੜੇ ਅੱਜ ਦੇ ਦਿਨ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ, ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਹਾਂ। ਕਿਉਂਕਿ ਜਦੋਂ ਏਡੇ ਵੱਡੇ ਕਿਸੇ ਆਗੂ ਦਾ ਕਤਲ ਹੁੰਦਾ ਨਾ, ਉਹਨੂੰ ਸੋਧਿਆ ਜਾਂਦਾ, ਤਾਂ ਇਹ ਹੁੰਦਾ ਜੀ ਪਤਾ ਨਹੀਂ ਕਿੱਡੀਆਂ ਕੁ ਵੱਡੀਆਂ ਏਜੰਸੀਆਂ, ਕਿੱਡੀਆਂ ਕੁ ਵੱਡੀਆਂ ਸ਼ਕਤੀਆਂ ਨੇ ਕਾਰਜ ਕੀਤਾ। ਭਾਈ ਸਤਵੰਤ ਸੋਹਣਾ ਨੂੰ ਜਿੰਦਾ ਰੱਖਣ ਦਾ ਉਹਨਾਂ ਦਾ ਸਿਰਫ ਇੱਕ ਹੀ ਮਕਸਦ ਸੀ ਵੀ ਅਸੀਂ ਇਹਦੇ ਪਿੱਛੇ ਲੱਭੀਏ ਇਹ ਕਿਹੜੇ ਸੀ। ਪਰ ਕੋਈ ਨਹੀਂ, ਅਤੇ ਨਾ ਯੋਧਿਆਂ ਨੂੰ ਪਤਾ ਸੀ, ਨਾ ਪਰਿਵਾਰਾਂ ਨੂੰ ਪਤਾ ਉਹਨਾਂ ਦਿਆਂ ਨੂੰ, ਅਤੇ ਨਾ ਤੀਸਰੇ ਚੌਥੇ ਕੰਨ 'ਚ ਹੀ ਗੱਲ ਪਈ। ਤਿੰਨਾਂ ਨੂੰ ਪਤਾ ਸੀ ਇਹ ਕੀ ਕਰਨਾ, ਉਹਨਾਂ ਕਰ ਦਿੱਤਾ, ਇਹ ਕੌਮੀ ਕਾਰਜ ਕੀਤਾ। ਉਹਨਾਂ ਦੀ ਕੁਰਬਾਨੀ ਨੂੰ, ਉਹਨਾਂ ਦੀ ਸ਼ਹਾਦਤ ਨੂੰ ਸਿਜਦਾ ਕਰਦਾ, ਫਤਿਹ ਬੁਲਾਉਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।